ਕੱਲ ਅਚਾਨਕ ਸਾਡੇ ਘਰ ਪੁਲਿਸ ਦਾ ਵਾਧਾ ਹੋ ਗਿਆ। ਮਰਦਾ 26 ਜਨਵਰੀ ਆ, ਥੋੜ੍ਹਾ ਧਿਆਨ ਰੱਖੋ, ਕੋਈ 26 ਬੰਦੇ ਫਿਰਦੇ ਪਏ ਆ ਤੁਹਾਨੂੰ ਮਾਰਨ ਲਈ। ਸਾਡੇ ਮਾਂ ਜੋ CP ਸਾਹਿਬ ਚਾਹਲ ਸਾਹਿਬ ਇੰਨੇ ਵਧੀਆ ਅਫਸਰ ਨੇ, ਹੁਣ ਤੁਹਾਨੂੰ ਪਤਾ ਹੋਣਾ ਜਦ ਆਏ ਸੀ ਨਵੇਂ ਨਵੇਂ 2-3 ਇਨਕਾਊਂਟਰ ਹੋ ਗਏ, ਕਿਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜਾਏ, ਡਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਵੀ ਸਾਨੂੰ ਕੋਈ ਨਹੀਂ ਮਾਰਦਾ ਹੈਗਾ, ਅਸੀਂ ਆਪਣੇ ਦੋ ਹੱਥ ਆਪ ਕਰ ਲਵਾਂਗੇ ਜੀ। ਪੰਜਾਬ ਪੁਲਿਸ ਦੇ ਨਾਲ ਪੰਜਾਬ ਪੁਲਿਸ ਦਾ ਹਮੇਸ਼ਾ ਸਾਥ ਦਿੰਦਾ ਵਾ, ਜਿਹੜੇ ਦੇਸ਼ ਵਿਰੋਧੀ ਲੋਕ ਆ ਉਹਨਾਂ ਨੂੰ ਤਾੜ ਨਾ ਕਰੀਦੀ ਆ। ਜਿਹੜੇ ਲੋਕ ਮਾਰ ਮਰਾਈਆਂ ਦੀ ਗੱਲ ਕਰਦੇ ਆ, ਸਾਹਮਣੇ ਆ ਜਾਓ ਦੇਖ ਲਵਾਂਗੇ। ਆਹੋ ਮੈਂ ਨਾ ਕਈ ਦਿਨ ਤੋਂ ਆਜ਼ਾਦ ਘੁੰਮ ਰਿਹਾ ਸੀ, ਕਦੇ ਸ਼੍ਰੀ ਹਰਿਦੁਆਰ ਸਾਹਿਬ ਇਸ਼ਨਾਨ ਕਰਨ ਜਾ ਰਿਹਾ, ਕਦੇ ਦਿੱਲੀ ਜਾ ਰਿਹਾ, ਕਦੇ ਕਰਨਾਲ ਜਾ ਰਿਹਾ, ਕਦੇ ਕਿਤੇ ਜਾ ਰਿਹਾ। ਕੱਲ੍ਹ ਅਚਾਨਕ ਸਾਡੇ ਘਰ ਪੁਲਿਸ ਦਾ ਵਾਧਾ ਹੋ ਗਿਆ, ਵੀ ਪੁਲਿਸ ਆ ਕੇ ਸਮਝਾਉਣ ਲੱਗ ਗਈ, ਮਨ ਸਾਹਿਬ 26 ਜਨਵਰੀ ਆ, ਥੋੜ੍ਹਾ ਧਿਆਨ ਰੱਖੋ, ਵੀ ਕੋਈ 26 ਬੰਦੇ ਫਿਰਦੇ ਪਏ ਆ ਤੁਹਾਨੂੰ ਮਾਰਨ ਲਈ। ਮੈਂ ਕਿਹਾ ਪਹਿਲੀ ਗੱਲ ਆ, ਉਹਨਾਂ ਨੂੰ ਅਫਸਰਾਂ ਨੂੰ ਇਹੀ ਕਿਹਾ, ਜਿਸ ਦਿਨ ਦੇ ਸਰਦਾਰ ਕੁਲਦੀਪ ਸਿੰਘ ਚਾਹਲ ਸਾਹਿਬ ਮਾਂ ਜੋ CP ਸਾਹਿਬ ਆਏ ਨੇ, ਉਸ ਦਿਨ ਤੋਂ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਹੀ ਨਹੀਂ, ਕਿਉਂਕਿ ਸਾਡੇ ਮਾਂ ਜੋ CP ਸਾਹਿਬ ਚਾਹਲ ਸਾਹਿਬ ਇੰਨੇ ਵਧੀਆ ਅਫਸਰ ਨੇ, ਹੁਣ ਤੁਹਾਨੂੰ ਪਤਾ ਹੋਣਾ ਜਦ ਆਏ ਸੀ ਨਵੇਂ ਨਵੇਂ 2-3 ਇਨਕਾਊਂਟਰ ਹੋ ਗਏ, ਕਿੰਨੀ ਵਧੀਆ ਗੱਲ ਆ, ਕਿੰਨੇ ਲੋਕ ਪੰਜਾਬ ਦੇ ਜੋ ਨੰਬਰ 1 ਤੇ ਲੁਧਿਆਣਾ ਆਇਆ ਹੋਇਆ, ਕਿੰਨੀ ਖੁਸ਼ਖਬਰੀ ਆ ਵੀ ਸੁੱਖ ਸ਼ਾਂਤੀ 'ਚ। ਲੇਕਿਨ ਸਾਨੂੰ ਕੋਈ ਪਰਵਾਹ ਨਹੀਂ, ਜਦ ਸਾਡੇ ਮਾਨਯੋਗ ਅਫੀਸਰ ਸਾਹਿਬ ਵੀ ਨੇ, ਸਾਡੇ ਭਰਾ ਵੀ ਨੇ ਸਰਦਾਰ ਕੁਲਦੀਪ ਸਿੰਘ ਚਾਹਲ ਜੀ, ਸਾਨੂੰ ਕੋਈ ਡਰ ਨਹੀਂ। ਮੈਂ ਉਸ ਨੂੰ ਦੱਸਤਾ, ਮੈਂ ਜੀ ਤੁਸੀਂ ਇਹਨੇ 26 ਤਰੀਕ ਤੱਕ ਇੱਥੇ ਘਰ ਰਹੋ, ਤੁਸੀਂ ਜਾਓ ਨਾ ਕਿਤੇ, ਅਤੇ ਇਸ ਕਰਕੇ ਮੈਂ ਕਿਹਾ ਜੀ ਕੋਈ ਚਿੰਤਾ ਨਾ ਕਰੋ, ਤੁਸੀਂ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜਾਏ, ਅਤੇ ਲੇਕਿਨ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਵੀ ਸਾਨੂੰ ਕੋਈ ਨਹੀਂ ਮਾਰਦਾ ਹੈਗਾ, ਅਸੀਂ ਆਪਣੇ ਦੋ ਹੱਥ ਆਪ ਕਰ ਲਵਾਂਗੇ ਜੀ, ਤੁਸੀਂ ਚਿੰਤਾ ਨਾ ਕਰੋ। ਨਹੀਂ ਨਹੀਂ ਕਹਿੰਦੇ ਸਾਨੂੰ ਚਿੰਤਾ ਹੁੰਦੀ ਹੈ ਜੀ ਤੁਹਾਡੀ, ਮੈਂ ਜੀ ਕੋਈ ਲੋੜ ਨਹੀਂ ਤੁਹਾਡੀ, ਤੁਸੀਂ ਤੁਹਾਡਾ ਬਸ ਦੂਰੋਂ ਹੀ ਜਾਇਆ ਕਰ ਰੱਖਿਆ ਕਰੋ। ਇਸ ਕਰਕੇ ਭਰਾਵੋ, ਮੈਂ ਹਮੇਸ਼ਾ ਹੀ ਪੰਜਾਬ ਪੁਲਿਸ ਦੇ ਨਾਲ ਹਾਂ, ਪੰਜਾਬ ਪੁਲਿਸ ਦਾ ਹਮੇਸ਼ਾ ਸਾਥ ਦਿੰਦਾ ਵਾਂ, ਜਿਹੜੇ ਦੇਸ਼ ਵਿਰੋਧੀ ਲੋਕ ਆ ਉਹਨਾਂ ਨੂੰ ਤਾੜਨਾ ਪੈਂਦੀ ਆ। ਅਸੀਂ ਹਮੇਸ਼ਾ ਹੀ ਦੇਸ਼ ਭਗਤਾਂ, ਦੇਸ਼ ਭਗਤੀ ਰਹਾਂਗੇ, ਅਸੀਂ ਕੋਈ ਵੱਧਵੀਂ ਘੱਟਵੀਂ ਕਿਸੇ ਨੂੰ ਗੱਲ ਨਹੀਂ ਕਰਦੇ, ਅਸੀਂ ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨੀ, ਬੋਧੀ ਸਾਰੇ ਰਲ ਮਿਲ ਕੇ ਰਹਿੰਦੇ ਹਾਂ, ਸਾਰੇ ਇੱਕ ਦੂਜੇ ਨੂੰ ਅਸੀਂ ਗੱਲ ਬੱਕਰੀ ਪਾ ਕੇ ਰਹਿੰਦੇ ਹਾਂ। ਲੇਕਿਨ ਜਿਹੜੇ ਲੋਕ ਮਾਰਮ ਰਾਈਆਂ ਦੀ ਗੱਲ ਕਰਦੇ ਆ, ਸਾਹਮਣੇ ਆ ਜਾਓ ਦੇਖ ਲਵਾਂਗੇ। ਪਿੱਠ ਪਿੱਛੇ ਤੁਸੀਂ ਇੰਦਰਾ ਗਾਂਧੀ ਨਹੀਂ ਛੱਡੀ, ਜਾਂ ਮੁੱਖ ਮੰਤਰੀ ਬਿਆਨ ਸਿੰਘ ਨਹੀਂ ਛੱਡੇ, ਪਿੱਠ ਪਿੱਛੇ ਤੁਸੀਂ ਕਿਸੇ ਨੂੰ ਵੀ ਮਾਰ ਸਕਦੇ ਹੋ। ਇੱਕ ਹੋਰ ਗੱਲ ਮੈਂ ਕਹਿਣੀ ਚਾਹੁੰਦਾ, ਇਹਨੇ ਪ੍ਰਸ਼ਾਸਨ ਸਾਡੇ ਜਿਹੜੇ ACP ਸਾਹਿਬ ਆਏ ਸੀ ਸਾਡੇ ਘਰੇ, ਚਲੋ ਮੈਂ ਨਾਂ ਤਾਂ ਕੀ ਲੈਣਾ, ਉਹ ਕਹਿੰਦੇ ਤੁਹਾਡੇ ਬੇਟੇ ਨੂੰ ਵੀ ਹਾਈ ਥਰੈਟ ਆ ਜੀ। ਉਹ ਮੈਂ ਕਿਹਾ ਬੇਟਾ ਕਦੇ 50 ਨਹੀਂ, 50 ਨਹੀਂ, ਉਹਨੇ ਕੀ ਕਰਨਾ, ਨਹੀਂ ਜੀ ਕਹਿੰਦੇ ਬਹੁਤ ਥਰੈਟ ਆ ਜੀ, ਉਹਨੂੰ ਮਾਰ ਦਿੱਤਾ ਜਾਊਗਾ ਜੀ। ਫਿਰ ਕਿਉਂ ਜੀ ਉਹ ਮਾਰਦੇ ਹੋ ਯਾਰ, ਸਾਡੇ ਫੌਜੀ ਜਵਾਨ ਹੀ ਸ਼ਹੀਦ ਹੁੰਦੇ ਆ। ਇਸ ਕਰਕੇ ਅਸੀਂ ਹਮੇਸ਼ਾ ਹੀ ਦੇਸ਼ ਦੀ ਗੱਲ ਕਰਨੀ ਹੈ, ਅਤੇ ਜੇ ਇੰਨੇ ਹੀ ਹੈ ਤੁਸੀਂ ਮੇਰੇ ਬੇਟੇ ਨੂੰ ਸੁਰੱਖਿਆ ਦੇ ਦਿਓ, ਸੁਰੱਖਿਆ ਦੇ ਦਿਓ ਬਈ, ਉਹ ਭਾਈ ਖਿਆਲ ਰੱਖੂ ਆਪਦਾ, ਉਹ
ਜਿਹੜੀ ਸੁਰੱਖਿਆ ਦਿੱਤੀ ਹੈ ਤਾਂ ਮੈਨੂੰ ਇਕੱਲਿਆਂ ਨੂੰ ਦਿੱਤੀ ਹੋਈ ਹੈ, ਨਾ ਤਾਂ ਪਰਿਵਾਰ ਨੂੰ ਦਿੱਤੀ ਹੋਈ ਹੈ। ਜੇ ਆਪਾਂ ਇਸ ਗੱਲ 'ਤੇ ਆਉਂਦੇ ਹਾਂ, ਜੇ ਆਪਾਂ ਕਾਨੂੰਨੀ ਤੌਰ 'ਤੇ ਆਉਂਦੇ ਆਪਾਂ, ਇਸ ਕਰਕੇ ਮੇਰੀ ਹੱਥ ਜੋੜ ਕੇ ਡੀ ਜੀ ਪੀ ਸਾਹਿਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਹੈ, ਜੇ ਮੇਰੇ ਪਰਿਵਾਰ ਨੂੰ ਖਤਰਾ ਵਾ ਤਾਂ ਸੁਰੱਖਿਆ ਦੇ ਦਿਓ, ਨਹੀਂ ਸਾਨੂੰ ਆਜ਼ਾਦ ਘੁੰਮਣ ਦਿਓ, ਕੋਈ ਗੱਲ ਨਹੀਂ। ਜੇ ਮਰਦੇ ਹਾਂ ਸਾਨੂੰ ਕੋਈ, ਤੁਹਾਡੇ 'ਤੇ ਇਲਜ਼ਾਮ ਨਹੀਂ ਆਊਗਾ, ਅਸੀਂ ਦੇਸ਼ ਲਈ ਸ਼ਹੀਦ ਹੋਵਾਂਗੇ।